ਆ ਦਾਦੂਵਾਲ ਦੀ ਤੁਸੀਂ ਫੋਟੋ ਅੱਗੇ ਵੀ ਦੇਖਦੇ ਰਹਿੰਦੇ ਹਾਂ ਵੀ ਜੇ ਹੁਣ ਦਾਦੂਵਾਲ ਕਹੇ ਕਿ ਖੰਡੇ ਬਾਟੇ ਦੀ ਪਹੁਲ ਲੈ ਲਓ, ਅੰਮ੍ਰਿਤ ਛਕ ਲਓ, ਸਿੰਘ ਸੱਜ ਜਾਓ, ਉਹ ਕਿਸੇ ਕੰਮ ਦਾ ਹੈ? ਵੀ ਜਿਹੜਾ ਦਾਦੂਵਾਲ ਦੇ ਕਹੇ 'ਤੇ ਖੰਡੇ ਬਾਟੇ ਦੀ ਪਹੁਲ ਲੈ ਗਿਆ ਅਤੇ ਉਹਨੇ ਰਾਧਾ ਸੁਆਮੀਆਂ ਦੇ ਵੀ ਜ਼ਰੂਰ ਜਾਣਾ, ਇੱਦਾਂ ਨਹੀਂ ਹੋ ਸਕਦਾ ਵੀ ਉਹ ਕਹੇ ਵੀ ਭਾਈ ਵੀ ਮੈਂ ਰਾਧਾ ਸੁਆਮੀਆਂ 'ਤੇ ਜਾਂਦਾ ਹਾਂ, ਉਹ ਖਾਲਸਾ ਪੰਥ ਵਿਰੋਧੀ ਆ, ਪਰ ਤੁਸੀਂ ਨਾ ਜਾਇਓ, ਹੈ ਨਾ। ਕਈਆਂ ਨੂੰ ਇਹ ਲੱਗਦਾ ਵੀ ਅਸੀਂ ਜਿਹੜੇ ਹੈਗੇ ਹਾਂ ਵੀ ਉਹ ਸਿੱਖਾਂ ਦਾ ਮਜ਼ਾਕ ਉਡਾਉਂਦੇ ਹਾਂ, ਨਾ, ਪਰ ਤੁਸੀਂ ਲਾਣਤੀਓ, ਬਸ਼ਰਮੋ, ਮਾੜਾ ਮੋਟਾ ਇੰਨਾ ਤਾਂ ਸੋਚੋ ਵੀ ਜਿਹਨਾਂ ਦਾ ਅਸੀਂ ਮਜ਼ਾਕ ਉਡਾਉਂਦੇ ਹਾਂ ਵੀ ਅਸੀਂ ਉਹਨਾਂ ਨੂੰ ਗੁਰੂ ਨਾਨਕ ਦੇ ਸਿੱਖ ਮੰਨਦੇ ਹੀ ਨਹੀਂ। ਹੁਣ ਆ ਦਾਦੂਵਾਲ ਦੀ ਤੁਸੀਂ ਫੋਟੋ ਅੱਗੇ ਵੀ ਦੇਖਦੇ ਰਹਿੰਦੇ ਹਾਂ ਵੀ ਜੇ ਹੁਣ ਦਾਦੂਵਾਲ ਕਹੇ ਕਿ ਖੰਡੇ ਬਾਟੇ ਦੀ ਪਹੁਲ ਲੈ ਲਓ, ਅੰਮ੍ਰਿਤ ਛਕ ਲਓ, ਸਿੰਘ ਸੱਜ ਜਾਓ, ਉਹ ਕਿਸੇ ਕੰਮ ਦਾ ਹੈ? ਵੀ ਜਿਹੜਾ ਦਾਦੂਵਾਲ ਦੇ ਕਹੇ 'ਤੇ ਖੰਡੇ ਬਾਟੇ ਦੀ ਪਹੁਲ ਲੈ ਗਿਆ ਅਤੇ ਉਹਨੇ ਰਾਧਾ ਸੁਆਮੀਆਂ ਦੇ ਵੀ ਜ਼ਰੂਰ ਜਾਣਾ, ਇੱਦਾਂ ਨਹੀਂ ਹੋ ਸਕਦਾ ਵੀ ਉਹ ਕਹੇ ਵੀ ਭਾਈ ਵੀ ਮੈਂ ਰਾਧਾ ਸੁਆਮੀਆਂ 'ਤੇ ਜਾਂਦਾ ਹਾਂ, ਉਹ ਖਾਲਸਾ ਪੰਥ ਵਿਰੋਧੀ ਆ, ਪਰ ਤੁਸੀਂ ਨਾ ਜਾਇਓ, ਹੈ ਨਾ। ਵੀ ਆਖਿਆ ਜੀ ਪ੍ਰਧਾਨ ਮੰਤਰੀ ਦੀ ਚਿੱਠੀ ਆ ਗਈ, ਜੇ ਉਹਨੇ ਕਹਿ ਤਾ ਵੀ ਨਸ਼ੇ ਨੂੰ ਨਾ ਥਲਾਓ, ਨਸ਼ਾ ਨਾ ਕਰੋ, ਜੇ ਆਪ ਖਾਂਦਾ ਵਾ ਤਾਂ ਹੁਣ ਕੀ ਕਹੇ ਵੀ ਭਾਈ ਵੀ ਨਸ਼ਾ ਕਰਿਆ ਕਰੋ? ਉਹ ਇਹ ਤਾਂ ਰੌਲਾ ਵਾ, ਜਿਹੜਾ ਬੰਦਾ ਆਪ ਨਸ਼ਾ ਖਾ ਰਿਹਾ ਉਹ ਦੂਜਿਆਂ ਨੂੰ ਕਹਿ ਰਿਹਾ ਭਾਈ ਵੀ ਨਸ਼ੇ ਨਹੀਂ ਕਰਨੇ ਚਾਹੀਦੇ ਜੀ, ਮਾੜੇ ਹੁੰਦੇ ਆ ਜੀ, ਇਹਦੇ ਤੋਂ ਬਚੋ। ਅਤੇ ਜਿਹੜਾ ਬੰਦਾ ਆਪ ਡੇਰਿਆਂ 'ਤੇ ਤੁਰਿਆ ਫਿਰਦਾ ਵਾ, ਬਾਬਿਆਂ 'ਤੇ ਤੁਰਿਆ ਫਿਰਦਾ ਵਾ, ਸਾਧਾਂ ਨਾਲ ਯਾਰੀਆਂ ਵਾ, ਉਹ ਕਹਿ ਰਿਹਾ ਜੀ ਏਕਾ ਕਰ ਲਓ ਜੀ, ਖਾਲਸਾ ਪੰਥ ਨੂੰ ਖਤਰਾ ਪੈ ਗਿਆ ਜੀ, ਹਿੰਦੂ ਤਿਉਹਾਰ ਮਨਾਉਣ ਵਾਲਾ, ਕਰਮ ਕਾਂਡ ਕਰਨ ਵਾਲਾ, ਬ੍ਰਾਹਮਣੀ ਸਾਰੇ ਬੰਦਾ ਇਹ ਗੱਲ ਕਹਿ ਰਿਹਾ ਜੀ, ਦੇਖੋ ਜੀ ਮੰਨ ਲਓ ਸਿੱਖਾਂ ਦਾ ਹਿੰਦੂ ਕਰਨ ਹੋ ਗਿਆ ਜੀ, ਸਰਕਾਰ ਸਾਨੂੰ ਜੀ ਧੱਕਾ ਕਰਦੀ ਆ ਜੀ, RSS ਆ ਗਈ ਆ ਜੀ, ਉਹ BJP ਵਾਲੇ ਜੀ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ। ਜਿਹਦੀ ਆਪਦੀ ਜਨਾਨੀ ਮੇਕਅਪ ਕਰਦੀ ਆ, ਠੀਕ ਹੈ, ਆਪਦੀ ਜਨਾਨੀ ਦਾ ਕਿਲੋ ਕਿਲੋ ਪਾਊਡਰ ਲਿਪਿਆ, ਸੁਰਖੀ ਲਾਈ, ਕੰਨਾਂ 'ਚ ਵਾਲੀਆਂ, ਨੱਕ 'ਚ ਨਥਨੀ, ਕੋਈ ਪੈਰਾਂ 'ਤੇ ਮਹਿੰਦੀ, ਕੋਈ ਝਾਂਜਰਾਂ, ਕੋਈ ਦੇਹ 9 ਪਾਲਸ਼ਾਂ, 9 ਵਧਾਏ, ਸਾਰਾ ਕੁਛ ਹੀ, ਮੂੰਹ 'ਤੇ ਵੈਕਸਿੰਗ, ਭਰਵੱਟੇ ਮਨਾ ਕੇ ਸਾਰਾ ਕੁਛ ਕਰਨ ਵਾਲਾ ਬੰਦਾ, ਉਸਦੀ ਘਰ ਵਾਲੀ ਕਰਨ ਵਾਲਾ, ਉਹ ਸਟੇਜ 'ਤੇ ਬਹਿ ਕੇ ਲੋਕਾਂ ਨੂੰ ਇਹ ਪ੍ਰਚਾਰ ਕਰ ਰਿਹਾ ਕਿ ਸਿੱਖੀ ਮਤਲਬ ਜਿਹੜੀ ਹੈਗੀ ਆ ਉਹ ਘਟਦੀ ਜਾ ਰਹੀ ਆ, ਸਾਹ ਸੰਗਤ ਜੀ ਬਾਣੀ ਪੜਿਆ ਕਰੋ, ਸਿੱਖੀ ਨਾਲ ਜੁੜੋ, ਹੈਂ ਵੀ ਪੰਥ ਨੂੰ ਖਤਰਾ ਪੈ ਗਿਆ, ਗੁਰਦੁਆਰੇ ਦੇ ਗ੍ਰੰਥੀਆਂ ਦਾ ਮਾੜਾ ਹਾਲ ਹੋ ਗਿਆ, ਕੇਸ ਰੱਖ ਕੇ ਕੋਈ ਰਾਜ਼ੀ ਨਹੀਂ ਹੈ, ਬਸ ਇਹ ਗੱਲਾਂ 'ਤੇ ਤਾਂ ਰੌਲੇ ਆ, ਅਸੀਂ ਤਾਂ ਇਸ ਗੱਲ 'ਤੇ ਤਾਂ ਰੌਲਾ ਪਾਉਂਦੇ ਹਾਂ ਵੀ ਪਹਿਲਾਂ ਆਪਣਾ ਆਪ ਤਾਂ ਸਿੱਧਾ ਆਪਣੇ ਗਿਰਬਾਨਵੇਂ ਸਿਰ ਨੀਵਾਂ ਕਰ ਦੇਖ, ਵੀ ਪਹਿਲਾਂ ਆਪਣਾ ਆਪ ਤਾਂ ਦੇਖੋ ਵੀ ਜਿਹੜੀਆਂ ਗੱਲਾਂ ਤੁਸੀਂ ਸਟੇਜਾਂ 'ਤੇ ਕਰਦੇ ਆ ਉਹ ਪੈਸਾ ਕਮਾਉਣ ਦੇ ਲਈ ਕਰਦੇ ਆ, ਤੁਹਾਡੇ ਆਪਣੇ ਪੱਲੇ ਕੱਖ ਨਹੀਂ ਹੈਗਾ। ਜਿੰਨੇ ਵੀ ਆ ਸਾਧ ਟੋਲਾ ਵਾ, ਉਹ ਵੀਡੀਓ ਇੱਕ ਮੈਂ ਹੋਰ ਬਣਾ ਕੇ ਪਾਊਂਗਾ, ਇੱਕ ਹੋਰ ਜਥੇਦਾਰ ਸਾਹਿਬ ਦਾ ਬਿਆਨ ਆਇਆ ਜੀ ਏਕਾ ਕਰ ਲਓ ਜੀ, ਸਾਡਾ ਏਕਾ ਹੋ ਗਿਆ, ਸ਼ਕਤੀ ਜਿਹੜੀ ਹੈਗੀ ਆ ਫਿਰ ਆਊਗੀ, ਫਿਰ ਜੀ ਸਰਕਾਰ ਜਿਹੜੀ ਹੈਗੀ ਸਾਡੇ ਤੋਂ ਡਰੂਗੀ। ਅਤੇ ਏਕਾ ਹੋਣਾ ਕਿੱਦਾਂ ਵਾ, ਮਾੜਾ ਜਿਹਾ ਇੱਕ ਵਾਰੀ ਹੁਕਮਨਾਮਾ ਜਾਰੀ ਕਰੋ ਤਾਂ ਭਾਈ ਵੀ ਆਪਣੇ ਜਿਹੜੇ ਵੀ SGPC ਵਾਲੇ ਆ ਜਾਂ ਜੋ ਵੀ ਤੁਹਾਡੀ ਟਾਸਕ ਫੋਰਸ ਬਣਾਈ ਆ, ਠੀਕ ਹੈ, ਅਤੇ ਉਹਨੂੰ ਭੇਜੋ ਵੀ ਗੁਰਦੁਆਰਿਆਂ ਦੇ ਵਿੱਚ ਸਿੱਖ ਰਹਿਤ ਮਰਿਆਦਾ ਲਾਗੂ ਕਰਨ। ਜਿਹੜੇ ਵਿਚਾਰਕ ਮਤਭੇਦ ਆ ਉਹ ਮਤਭੇਦ ਪਾਏ ਕਿੰਨੇ, ਵਿਚਾਰਕ ਮਤਭੇਦ ਉਹ ਬਹਿ ਕੇ ਹੱਲ ਕਿੰਨੇ ਕਰਨੇ ਆ, ਏਕਾ ਐਵੇਂ ਹੋ ਜਾਵੇ, ਗੱਲਾਂ ਨਾਲ ਹੀ ਹੋ ਜਾਵੇ ਏਕਾ ਨਾਲ, ਗਰਾਊਂਡ ਲੈਵਲ 'ਤੇ ਨਹੀਂ ਕੋਈ ਕੰਮ ਕਰਨਾ। ਡੇਰਾਵਾਦ ਵੱਧ ਗਿਆ ਜੀ, ਡੇਰਾਵਾਦ
ਉਹ ਜਿਹੜਾ ਵੀ ਅੰਮ੍ਰਿਤਸਰ ਵਾਲੇ ਆ, ਜੋ ਵੀ ਐਸ ਜੀ ਪੀ ਸੀ ਵਾਲੇ ਹੋ ਗਏ, ਚਾਹੇ ਜਿਹੜਾ ਵੀ ਜਥੇਦਾਰ ਹੁੰਦਾ ਜੀ, ਉਹ ਡੇਰਾਵਾਦ ਜੀ ਖਤਰਾ, ਉਹ ਤੁਹਾਡੀਆਂ ਤੁਹਾਡੇ ਬੰਦਿਆਂ ਦੀਆਂ ਰਾਧਾ ਸਵਾਮੀਆਂ ਨਾਲ ਬਹਿਣੀਆਂ ਉੱਠਣੀਆਂ, ਠੀਕ ਆ। ਸਿਮਰਜੀਤ ਸਿੰਘ ਮਾਨ ਨੂੰ ਜੀ ਪੰਥ ਦਾ ਖਤਰਾ, ਸਿਮਰਜੀਤ ਸਿੰਘ ਮਾਨ ਨਨਕਾਰੀਆਂ ਦੇ ਵੀ ਤੁਰਿਆ ਫਿਰਦਾ ਆ, ਠੀਕ ਆ, ਰਾਧਾ ਸਵਾਮੀਆਂ ਦੇ ਵੀ ਤੁਰਿਆ ਫਿਰਦਾ, ਦਾਦੂ ਵਾਲ ਹੁਣੀ ਵੀ ਤੁਰੇ ਫਿਰਦੇ ਆ। ਵੋਟਾਂ ਲੈਣ ਵਾਲੇ ਬੰਦੇ ਕਿਸੇ ਵੀ ਪੰਥ ਦੇ ਵਿੱਚ ਮਤਲਬ ਕੋਈ ਫਾਇਦਾ ਨਹੀਂ ਕਰ ਸਕਦੇ ਹੁੰਦੇ, ਉਹਨਾਂ ਨੇ ਵੋਟਾਂ ਲੈਣ ਦੇ ਲਈ ਉਹਦੇ ਪੈਰਾਂ 'ਚ ਡਿੱਗਣਾ ਹੁੰਦਾ ਆ, ਜਿਹੜੇ ਬੰਦੇ ਕੋਲ ਵੋਟ ਬੈਂਕ ਹੋਵੇ, ਲੋਕ ਉਹਦੇ ਮਗਰ ਹੋਣ। ਇਹਨਾਂ ਨੇ ਪੰਥ ਦਾ ਭਲਾ ਕੀ ਕਰ ਲੈਣਾ, ਉਹ ਤਾਂ ਐਵੇਂ ਬਸ ਜਿਹੜਾ ਕੋਈ ਬੰਦਾ ਬੋਲਦਾ ਵਾ ਜੀ ਇਹ ਪੰਥ ਵਿਰੋਧੀ ਆ ਜੀ, ਇਹ ਨਿੰਦਕ ਆ ਜੀ, ਕੋਈ ਨਿੰਦਕ ਨੁੰਦਕ ਨਹੀਂ ਹੈਗੇ। ਅਸੀਂ ਮੈਂ ਅੱਗੇ ਵੀ ਕਿਹਾ ਸੀ ਵੀ ਭਾਈ ਵੀ ਜਿਹਨੇ ਵੀ ਮਤਲਬ ਨਿੰਦਕ ਦੇ ਸ਼ਬਦ 'ਤੇ ਵਿਚਾਰ ਕਰਨੀ ਹੋਵੇ ਜਿਹੜਾ ਮਰਜ਼ੀ ਆ ਜਾਵੇ, ਠੀਕ ਹੈ। ਡੇਰਾਵਾਦ ਨੂੰ ਵਧਾਵਾ ਸਿੱਖਾਂ ਨੇ ਦਿੱਤਾ, ਸਿੱਖਾਂ ਦੇ ਆਗੂਆਂ ਨੇ ਦਿੱਤਾ, ਠੀਕ ਹੈ। ਸਭ ਤੋਂ ਵੱਧ ਗਦਾਰ ਸਿੱਖਾਂ ਦੇ ਵਿੱਚ ਆ, ਪੈਸੇ ਦੇ ਲਈ ਵਿਕ ਜਾਂਦੇ ਆ, ਆਪਣੀਆਂ ਲਾਲਚ ਦੀਆਂ ਕੁਰਸੀਆਂ ਦੇ ਲਈ। ਜੇ ਕੋਈ ਕੋਈ ਸੱਚ ਦੀ ਗੱਲ ਕਰਨ ਵਾਲਾ ਬੰਦਾ, ਠੀਕ ਆ, ਉਹ ਕੋਈ ਸੱਚ ਦੀ ਗੱਲ ਕਰਦਾ, ਉਹਨੂੰ ਕਹਿੰਦੇ ਆ ਜੀ ਆਰ ਐਸ ਐਸ ਦਾ, ਜੀ ਇਹ ਬੀਜੇਪੀ ਦੇ, ਜੀ ਤੁਸੀਂ ਦੀ ਸਰਕਾਰ ਦੇ ਏਜੰਟ। ਅਤੇ ਜੇ ਤੁਹਾਡੀਆਂ ਅੰਮ੍ਰਿਤਪਾਲ ਦੇ ਪਿਓ ਦੀਆਂ ਆਰ ਐਸ ਐਸ ਵਾਲੇ ਬੰਦਿਆਂ ਦੇ ਨਾਲ ਜਾਂ ਆਰ ਐਸ ਐਸ ਵਾਲੇ ਬੰਦੇ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਬੋਲਣ, ਠੀਕ ਹੈ, ਅੰਮ੍ਰਿਤਪਾਲ ਦਾ ਡੈਡੀ ਅਤੇ ਸਰਬਜੀਤ ਸਿੰਘ ਐਮ ਪੀ, ਠੀਕ ਹੈ, ਬੀਜੇਪੀ ਵਾਲਿਆਂ ਨਾਲ ਮੀਟਿੰਗਾਂ ਕਰਨ, ਠੀਕ ਹੈ, ਉੱਥੇ ਦਿੱਲੀ ਕਮੇਟੀ ਜਿਹੜੇ ਬੀਜੇਪੀ ਵਾਲੇ ਆ ਉਹਨਾਂ ਨਾਲ ਬਹਿ ਕੇ ਉੱਥੇ ਫੋਟੋਆਂ ਖਿਚਾਉਣ, ਉਹਨਾਂ ਨਾਲ ਮਿਲਣ ਵਰਤਣ ਰੱਖਣ, ਤੁਸੀਂ ਸਰਕਾਰੀ ਨਹੀਂ ਹੋ ਗਿਆ, ਠੀਕ ਹੈ। ਜਿਹੜਾ ਕੋਈ ਬੰਦਾ ਗੱਲ ਕਰਨ ਵਾਲਾ ਉਹ ਸਰਕਾਰੀ ਹੋ ਗਿਆ। ਜਿੰਨੇ ਆਰ ਐਸ ਐਸ ਦਾ ਰੌਲਾ ਪਾਉਂਦੇ, ਪੰਥ ਨੂੰ ਖਤਰਾ ਕਰਨ ਦੀਆਂ ਗੱਲਾਂ ਕਰਦੇ ਆ, ਸਾਰੇ ਕੁਰਸੀ ਦੇ ਯਾਰ ਆ ਇਹ, ਇਹਨਾਂ ਨੂੰ ਕੋਈ ਪੰਥ ਨਾਲ ਲੈਣਾ ਦੇਣਾ ਨਹੀਂ, ਨਾ ਕੋਈ ਇਹਨਾਂ ਕੋਈ ਡਿਵੈਲਪਮੈਂਟ ਦਾ ਮੁੱਦਾ ਵਾ, ਨਾ ਇਹਨਾਂ ਨੂੰ ਪਤਾ ਵੀ ਤਰੱਕੀ ਕਿੱਦਾਂ ਹੋਣੀ ਆ। ਦੋ ਮੁੱਦੇ ਹੁੰਦੇ ਆ ਸਾਰਿਆਂ ਕੋਲ, ਇੱਕ ਜੀ ਬੰਦੀ ਸਿੰਘ ਰਿਹਾ ਕਰੋ, ਇੱਕ ਜੀ ਜਿਹੜਾ ਹੈਗਾ ਆ ਉਹ ਨਸ਼ਾ, ਨਸ਼ੇ ਦਾ ਜਿਹੜਾ ਮਤਲਬ ਵੀ ਨਸ਼ਾ ਖਤਮ ਹੋਣਾ ਚਾਹੀਦਾ ਵਾ, ਠੀਕ ਹੈ। ਹੁਣ ਤਾਂ ਭਾਈ ਤੁਹਾਡੇ ਦੋ ਐਮ ਪੀ ਆ ਗਏ ਆ, ਤਾਂ ਹੁਣ ਨਸ਼ਾ ਖਤਮ ਕਰ ਲਓ, ਕੋਈ ਨਾ ਕੋਈ ਰੇਟ ਤਾਂ ਮਾਰੀ ਹੋਣੀ ਚਾਹੀਦੀ ਹੈ ਮਤਲਬ ਐਮ ਪੀਆਂ ਨੇ ਕਿਤੇ ਨਾ ਕਿਤੇ ਨਾਲ ਨੂੰ ਪੁਲਿਸ ਨੂੰ ਲੈ ਕੇ, ਕਰਨਾ ਕਰਾਉਣਾ ਕੁਛ ਨਹੀਂ ਹੈਗਾ। ਡੇਰਾਵਾਦ ਮਤਲਬ ਸਿੱਖਾਂ ਨੇ ਵਧਾਇਆ ਅਤੇ ਉਹਨੂੰ ਵਧਾਵਾ ਦਿੱਤਾ, ਕਾਰਨ ਕੀ ਆ, ਇਹ ਹੁਣ ਗਾਂਹ ਖਤਮ ਵੀ ਨਹੀਂ ਹੋ ਸਕਦਾ। ਜਿੰਨਾ ਚਿਰ ਸਿੱਖ ਵੋਟਾਂ ਦੇ ਲਈ ਲੜਨਗੇ, ਜਿੰਨਾ ਚਿਰ ਸਿੱਖਾਂ ਨੂੰ ਅਹੁਦੇ ਚਾਹੀਦੇ ਆ, ਉਨਾ ਚਿਰ ਡੇਰਾਵਾਦ ਨਹੀਂ ਖਤਮ ਹੋ ਸਕਦਾ। ਕਿਉਂਕਿ ਜਿਹੜੇ ਵੀ ਬੰਦੇ ਨੇ ਇਲੈਕਸ਼ਨ ਲੜਨੀ ਆ, ਵੋਟਾਂ ਚਾਹੀਦੀਆਂ, ਅਤੇ ਡੇਰਾਵਾਦ ਦੀ ਜਿਹੜੀ ਸੋਚ ਆ ਜਾਂ ਡੇਰਾਵਾਦੀਆਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਹੀ ਵੋਟਾਂ ਲੈ ਹੋਣੀਆਂ ਵਾ, ਠੀਕ ਆ। ਜੇ ਕੋਈ ਬੰਦਾ ਡੇਰਾਵਾਦੀ ਜਾਂ ਕੋਈ ਵੀ ਬੰਦਾ ਜਿਹੜਾ, ਚਾਹੇ ਡੇਰਾਵਾਦ ਦੀ ਆਪਾਂ ਗੱਲ ਕਰ ਲਈਏ, ਚਾਹੇ ਗੱਲ ਕਰ ਲਈਏ ਹੋਰ ਵੀ ਕਰਮ ਕਾਂਡਾਂ ਦੀ, ਚਾਹੇ ਆ ਬੀਬੀਆਂ ਦੇ ਜੀਵਨ ਦੀ ਲਾ ਲਓ, ਚਾਹੇ ਬਾਬਿਆਂ ਦੀ ਜੀਵਨ ਦੀ ਲਾ ਲਓ, ਜਿਹੜਾ ਬੰਦਾ ਆਪ ਜਾਂ ਉਹਦਾ ਪਰਿਵਾਰ ਉਸ ਚੀਜ਼ ਦੇ ਵਿੱਚ ਪੱਕਾ ਨਹੀਂ ਹੈਗਾ, ਅਸੀਂ ਤਾਂ ਮਜ਼ਾਕ ਉਡਾਉਣਾ ਆ, ਤਾਂ ਭਾਈ ਉਹ ਸਾਰੀ ਦੁਨੀਆ ਹੀ ਮਜ਼ਾਕ ਉਡਾਊਗੀ ਉਹਦਾ ਬੰਦੇ ਦਾ। ਪਹਿਲਾਂ ਬੰਦਾ ਆਪ ਸਿਆਣਾ ਬਣੇ, ਆਪ ਉਸ ਲੈਵਲ 'ਤੇ ਆਵੇ ਤਾਂ ਸਹੀ ਨਾ, ਵੀ ਜੇ ਮਤਲਬ ਜਿਹੜੀਆਂ ਗੱਲਾਂ ਕਰਨੀਆਂ ਅਤੇ ਔਕਾਤ ਤੋਂ ਵੱਡੀ ਗੱਲ ਨਾ ਕਰੇ। ਜੇ ਇੰਨੀ ਫੁਕਰੀ ਪੰਜਾਬੀਆਂ ਦੇ ਤਾਂ ਵੈਸੇ ਖੂਨ ਦੇ ਵਿੱਚ ਫੁਕਰੀ ਭਰੀ ਹੋਈ ਹੈ, ਪੰਜਾਬੀ ਗਾਣੇ ਸੁਣ ਲਓ, ਆ ਢਾਡੀ ਸੁਣ ਲਓ, ਜਿੰਨੇ ਵੀ ਹੈਗੇ ਆ ਫੁਕਰੀ ਅਤੇ ਫੁਕਰੀ ਦੇਹ ਤਰੀ ਦੀ ਮਤਲਬ ਔਕਾਤ ਤੋਂ ਵੱਡੀਆਂ ਗੱਲਾਂ ਕਰ ਕਰਕੇ, ਠੀਕ ਹੈ, ਮੁੜ ਕੇ ਉਦੋਂ ਬਾਅਦ 'ਚ ਉਸ ਗੱਲ 'ਤੇ ਜਦੋਂ ਤੁਸੀਂ ਖਰੇ ਨਹੀਂ ਉਤਰਦੇ, ਫਿਰ ਦੁਨੀਆ ਸਾਰੀ ਤੁਹਾਡਾ ਮਜ਼ਾਕ ਉਡਾਉਂਦੀ ਆ ਵੀ ਹੁਣ ਨਹੀਂ ਦੱਸ ਬੋਲਦੇ, ਤਾਂ ਉਹਦੇ ਨਾਲ ਚੰਗਾ ਨਹੀਂ ਹੈਗਾ। ਵੀ ਪਹਿਲਾਂ ਤੁਸੀਂ ਔਕਾਤ ਦੇ ਵਿੱਚ ਰਹਿ ਕੇ ਗੱਲ ਕਰਿਆ ਕਰੋ, ਵੀ ਕੋਈ ਬੰਦਾ ਜਿਹੜਾ ਹੈਗਾ ਤੁਹਾਡਾ ਮਜ਼ਾਕ ਨਾ ਉਡਾਵੇ। ਫੁਕਰੀਆਂ ਮਾਰਨੀਆਂ ਹਵਾ 'ਚ ਛੱਡੀ ਜਾਣੀਆਂ, ਪੰਥ ਯਾਰ ਰੌਲਾ ਪਾ ਕੇ ਪੰਥ ਦਾ ਸਭ ਤੋਂ ਵੱਧ ਨੁਕਸਾਨ ਸਾਡੇ ਆਗੂਆਂ ਨੇ ਕੀਤਾ ਆ। ਜੋ ਮਰਜ਼ੀ ਕੋਈ ਕਹੀ ਜਾਵੇ, ਸੰਪਰਦਾਵਾਂ ਦੇ ਮੁਖੀ ਹੋ ਗਿਆ, ਠੀਕ ਆ, ਜਥੇਦਾਰ ਹੋ ਗਿਆ, ਜਿੰਨੀ ਐਸ ਜੀ ਪੀ ਸੀ ਹੈਗੀ ਆ, ਕੋਈ ਪੰਥ ਦਾ ਮਤਲਬ ਪ੍ਰਚਾਰ ਦੇ ਨਾਲ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ।
ਮਸਲਾ ਸਿਰਫ ਆਪੋ ਆਪਣੀ ਹੋਂਦ ਨਾ ਵਾ, ਵੀ ਅਸੀਂ ਜਿੱਥੇ ਫੈਟਿਆ ਸਾਡੀ ਜਿਹੜੀ ਕਮਾਈ ਆਈ ਜਾਂਦੀ ਆ ਉਹ ਆਈ ਜਾਵੇ।